पहला बस तो मतलब स्टार्टिंग तो असी बच्चों पिक करते हैं उन्होंने घरों तो स्कूल तो जिते भी स्टॉपिस बने होंगे फिर उन्होंने गुड मॉर्निंग करते हैं पूछते हैं भी तुसी कुछ खाया नहीं खाया सवेर की मॉर्निंग तो लैके उन्होंने स्टडी दी जाती है स्कूल सॉरी बस के बीच लैके जाते हैं तो जो साढ़े को मटीरियल अवेलेबल होंगे वो अकॉर्डिंग ब्लैकबोर्ड हो गया चार्ट हो गए ड्राइंग्स हो गई बुक्स हो गई वो अकॉर्डिंग उन्होंने पिक्स दिखा के मॉडल वगैरह भी बने हुए हैं उस अकॉर्डिंग असं दिखाने भी ये कलर है ये पेंसिल है इदा का मतलब जो भी उन्होंने इंटरस्टेड लगता अस कर मेरा नाम प्रीतिंदर शर्मा जी मैम जरा एक चलता फिर स्कूल कह सकते हैं पहला बच्चे स्कूल तक पहुँच कर दिए हम स्कूल बच्चों तक पहुँच कर रहा है ਕਿੱਦਾਂ ਦਾ ਤੁਹਾਨੂੰ ਫੀਲ ਹੋ ਰਿਹਾ ਹੈਗਾ ਇੱਕ ਕਲਾਸਰੂਮ ਤੋਂ ਹਟ ਕੇ ਤੇ ਇੱਥੇ ਪੜਾ ਕੇ ਸਰ ਬਹੁਤ ਅੱਛਾ ਹੋ ਰਿਹਾ ਹੈ ਕਿਉਂਕਿ ਜੋ ਸਕੂਲ 'ਚ ਬੱਚੇ ਆਲਰੇਡੀ ਆ ਰਹੀ ਹੈ ਉਹਨਾਂ ਉਹ ਤਾਂ ਐਜੂਕੇਸ਼ਨ ਲੈ ਹੀ ਰਹੇ ਹੈ ਪਰ ਜੋ ਸੜਕ 'ਤੇ ਰਹਿ ਰਹੇ ਹੈ ਉਹਨਾਂ ਨੂੰ ਮਤਲਬ ਜ਼ਰੂਰੀ ਆ ਉਹਨਾਂ ਲਈ ਵੀ ਐਜੂਕੇਸ਼ਨ ਪ੍ਰਾਪਤ ਕਰਨਾ ਇਸ ਲਈ ਜੋ ਇਹ ਮੁਹਿੰਮ ਚਲਾਈ ਗਈ ਹੈ ਇਹਦੇ ਅਕੋਰਡਿੰਗ ਬਹੁਤ ਅੱਛਾ ਲੱਗ ਰਿਹਾ ਕਿ ਬੱਚਿਆਂ ਨੂੰ ਸਾਡੇ ਨਾਲ ਜੋੜਿਆ ਜਾ ਰਿਹਾ ਐਜੂਕੇਸ਼ਨ ਦੇ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਨੂੰ ਮਤਲਬ ਬੋਰਿੰਗ ਨਾ ਲੱਗੇ ਇਹ ਨਾ ਲੱਗੇ ਕਿ ਅਸੀਂ ਸਟੱਡੀ ਕਰ ਰਹੇ ਹਾਂ ਜਾਂ ਸਾਨੂੰ ਪੜ੍ਹਾਇਆ ਜਾ ਰਿਹਾ ਮਤਲਬ ਇਹੋ ਜਿਹੇ ਤਰੀਕੇ ਨਾਲ ਸਟੱਡੀ ਹੋ ਰਹੀ ਹੈ ਕਿ ਉਹ ਕੁਝ ਸਿੱਖ ਵੀ ਰਹੇ ਨੇ ਤੇ ਸਾਡੇ ਨਾਲ ਜੁੜ ਵੀ ਰਹੇ ਨੇ ਕਿਸ ਤਰ੍ਹਾਂ ਸਟੱਡੀ ਕਰਾਉਂਦੇ ਹੋ ਜਦੋਂ ਸਵੇਰੇ ਮਾਰਨਿੰਗ ਬੱਸ ਚੱਲਦੀ ਹੈ ਤਾਂ ਤੁਸੀਂ ਬੱਚਿਆਂ ਨੂੰ ਉੱਥੋਂ ਘਰਾਂ ਤੋਂ ਲੈਂਦੇ ਹੋ ਤਾਂ ਉਸ ਤੋਂ ਬਾਅਦ ਫਿਰ ਬੱਸ ਦੇ ਵਿੱਚ ਕਿਸ ਤਰ੍ਹਾਂ ਰਹਿੰਦਾ ਹੈਗਾ ਜਿਹੜਾ ਸਟੱਡੀ ਦਾ ਕੀ ਚੀਜ਼ਾਂ ਮੁਹੱਈਆ ਕਰਵਾਈਆਂ ਨੇ ਸਰ ਪਹਿਲਾਂ ਬੱਸ ਤੋਂ ਮਤਲਬ ਸਟਾਰਟਿੰਗ ਤੋਂ ਅਸੀਂ ਬੱਚਿਆਂ ਨੂੰ ਪਿੱਕ ਕਰਦੇ ਹਾਂ ਉਹਨਾਂ ਦੇ ਘਰਾਂ ਤੋਂ ਸਕੂਲ ਤੋਂ ਜਿੱਥੇ ਵੀ ਸਟੋਪਿਸ ਬਣੇ ਹੁੰਦੇ ਆ ਫਿਰ ਉਹਨਾਂ ਨੂੰ ਗੁੱਡ ਮਾਰਨਿੰਗ ਕਰਦੇ ਹਾਂ ਪੁੱਛਦੇ ਹਾਂ ਵੀ ਤੁਸੀਂ ਕੁਝ ਖਾਇਆ ਨਹੀਂ ਖਾਇਆ ਸਵੇਰ ਦੀ ਮਾਰਨਿੰਗ ਤੋਂ ਲੈ ਕੇ ਉਹਨਾਂ ਨੂੰ ਸਟੱਡੀ ਦਿੱਤੀ ਜਾਂਦੀ ਹੈ ਸਕੂਲ 'ਚ ਸੋਰੀ ਬੱਸ ਦੇ ਵਿੱਚ ਲੈ ਕੇ ਜਾਂਦੇ ਹਾਂ ਅਤੇ ਜੋ ਸਾਡੇ ਕੋਲ ਮਟੀਰੀਅਲ ਅਵੇਲੇਬਲ ਹੁੰਦਾ ਉਹਦੇ ਅਕੋਰਡਿੰਗ ਬਲੈਕਬੋਰਡ ਹੋ ਗਿਆ ਚਾਰਟ ਹੋ ਗਏ ਡਰਾਇੰਗਸ ਹੋ ਗਈਆਂ ਬੁੱਕਸ ਹੋ ਗਈਆਂ ਉਹਦੇ ਅਕੋਰਡਿੰਗ ਉਹਨਾਂ ਨੂੰ ਪਿਕਸ ਦਿਖਾ ਕੇ ਮਾਡਲ ਵਗੈਰਾ ਵੀ ਬਣੇ ਹੋਏ ਆ ਉਸ ਦੇ ਅਕੋਰਡਿੰਗ ਅਸੀਂ ਦਿਖਾਉਂਦੇ ਹਾਂ ਵੀ ਇਹ ਕਲਰ ਹੈ ਇਹ ਪੈਨਸਿਲ ਹੈ ਇਦਾਂ ਦਾ ਮਤਲਬ ਜੋ ਵੀ ਉਹਨਾਂ ਨੂੰ ਇੰਟਰਸਟਡ ਲੱਗਦਾ ਅਸੀਂ ਕਰਦੇ ਠੀਕ ਪੰਜਾਬ ਦਾ ਪਹਿਲਾ ਸਕੂਲ ਹੈ ਜਿਹੜਾ ਰੋਡ ਦੇ ਉੱਪਰ ਚੱਲਦੇ ਹੋਏ ਬੱਚਿਆਂ ਨੂੰ ਸਟੱਡੀ ਕਰਾ ਰਿਹਾ ਜੀ ਸਰ ਬਿਲਕੁਲ ਪਹਿਲਾ ਸਕੂਲ ਹੈ ਬਹੁਤ ਅੱਛਾ ਲੱਗ ਰਿਹਾ ਕਿ ਬੱਚੇ ਕੁਝ ਸਿੱਖ ਰਹੇ ਆ ਸਾਡੇ ਨਾਲ ਜੁੜ ਰਹੇ ਆ ਨਵਨੀਤ ਜੀ ਕਿਸ ਤਰ੍ਹਾਂ ਦਾ ਇਹ ਪ੍ਰੋਜੈਕਟ ਹੈਗਾ ਤੁਹਾਡੇ ਵਿਭਾਗ ਦਾ ਕਿਸ ਤਰ੍ਹਾਂ ਦਾ ਇਹਦੇ ਵਿੱਚ ਯੋਗਦਾਨ ਹੈਗਾ ਆਲਰਾਈਟ ਆ ਇੱਕ ਨਿਊ ਇਨੀਸ਼ੀਏਟਿਵ ਹੈ ਜੋ ਕਿ ਸਕੂਲ ਔਨ ਵੀਲਸ ਕਰਕੇ ਦੇ ਨਾਮ ਤੋਂ ਬਿਗਿਨ ਕੀਤਾ ਗਿਆ ਹੈ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸੰਗਰੂਰ ਵੱਲੋਂ ਇਹ ਜੁਆਇੰਟ ਐਫਰਟ ਹੈ ਆਫ ਡਿਫਰੈਂਟ ਡਿਪਾਰਟਮੈਂਟਸ ਸੱਚ ਐਸ WCD ਵੁਮਨ ਐਂਡ ਚਾਈਲਡ ਡਿਵੈਲਪਮੈਂਟ ਐਜੂਕੇਸ਼ਨ ਡਿਪਾਰਟਮੈਂਟ ਐਂਡ ਟਰਾਂਸਪੋਰਟ ਡਿਪਾਰਟਮੈਂਟ ਇਹਦੇ 'ਚ ਆਪਾਂ ਫਸਟ ਬੈਚ ਆਫ 30 ਬੱਚੇ ਇਹੋ ਜਿਹੇ ਲਏ ਨੇ ਆਫ ਡਿਫਰੈਂਟ ਸਲਮ ਏਰੀਆਸ ਆਫ ਸੰਗਰੂਰ ਜਿਹੜੇ ਕਿ ਕਦੇ ਵੀ ਸਕੂਲ ਨਹੀਂ ਗਏ ਜਾਂ ਫਿਰ ਜਿਹੜੇ ਕਿ ਸਕੂਲ 'ਚ ਇੱਕ ਵਾਰ ਅਨਰੋਲ ਤਾਂ ਹੋ ਗਏ ਬਟ ਸਰਟਨ ਰੀਜ਼ਨਸ ਕਰਕੇ ਕਦੇ ਸਕੂਲ ਨਹੀਂ ਗਏ ਇਹ ਬੱਚਿਆਂ ਦੀ ਅਸੀਂ ਚਾਈਲਡ ਰਾਈਟ ਸੇਫਟੀ ਮੈਜਰਸ ਹਰ ਚੀਜ਼ ਨੂੰ ਧਿਆਨ 'ਚ ਰੱਖਿਆ ਜਿਵੇਂ ਕਿ ਇਹਨਾਂ ਨੂੰ ਜਦੋਂ ਆਪਾਂ ਬਿਗਿਨ ਕੀਤਾ ਸੀ ਇਹਨਾਂ ਦੀ ਸੋਸ਼ਲ ਇਨਵੈਸਟੀਗੇਸ਼ਨ ਰਿਪੋਰਟ ਬਣਾਈ ਗਈ ਹੈ ਜੋ ਕਿ ਫਾਰਮ ਨੰਬਰ 22 ਆਫ ਜੁਵੇਨਾਈਲ ਜਸਟਿਸ ਐਕਟ ਹੈ ਇਹਦੇ 'ਚ ਬੱਚੇ ਦੇ ਬਿਹੇਵੀਅਰਲ ਇੰਟਰਸਟ ਬੱਚੇ ਦੇ ਸੋਸ਼ੋ ਇਕਨੋਮਿਕ ਬੈਕਗਰਾਊਂਡ ਫੈਮਿਲੀ ਬੈਕਗਰਾਊਂਡ ਹਰ ਚੀਜ਼ ਦਾ ਪਤਾ ਲੱਗਦਾ ਬੱਚਿਆਂ ਦੀ ਕਾਊਂਸਲਿੰਗ ਤੋਂ ਬਿਗਿਨ ਕੀਤਾ ਇਹਨਾਂ ਦੇ ਨਾਲ ਨਾਲ ਇਹਨਾਂ ਦੇ ਪੇਰੈਂਟਸ ਦੀ ਵੀ ਕਾਊਂਸਲਿੰਗ ਕੀਤੀ ਸੋ ਦੈਟ ਬੱਚੇ ਜਦੋਂ ਪੜ੍ਹਨ ਤੋਂ ਬਾਅਦ ਘਰੇ ਜਾਣ ਉਹਨਾਂ ਨੂੰ ਉਹੋ ਜਿਹਾ ਮਾਹੌਲ ਮਿਲੇ ਜਿੱਥੇ ਕਿ ਬੱਚੇ ਮੋਟੀਵੇਟ ਹੀ ਹੋਣ ਦੁਬਾਰਾ ਇਹ ਬੱਸ 'ਚ ਆਉਣ ਲਈ ਇਹ ਬੱਸ ਦੇ ਵਿੱਚ CCTV ਕੈਮਰਾਸ ਮੈਡੀਕਲ ਕਿੱਟ ਹਰ ਚੀਜ਼ ਦਾ ਧਿਆਨ ਰੱਖਿਆ ਗਿਆ ਬੱਚੇ ਨੂੰ ਜਦੋਂ ਪਿਕਅਪ ਪੁਆਇੰਟ ਤੋਂ ਪਿਕ ਕਰੀਦਾ ਉੱਥੇ ਸਾਡੀ ਇੰਟਾਇਰ ਟੀਮ ਹੁੰਦੀ ਹੈ ਸਟਾਰਟਿੰਗ ਫਰੋਮ ਆਊਟਰੀਚ ਵਰਕਰਸ ਕਾਊਂਸਲਰਸ ਟੀਚਰਸ ਹੈਲਪਰਸ ਜੋ ਕਿ ਮੇਕ ਸ਼ੋਰ ਕਰਦੇ ਨੇ ਬੱਚਿਆਂ ਦੀ ਗਿਣਤੀ ਸੇਫਲੀ ਇਨਰੋਲਡ ਹੋਏ ਹਾਜ਼ਰੀ ਲੱਗੇ ਉਹਨਾਂ ਦੀ ਨਾਲ ਦੀ ਨਾਲ ਬੱਚਿਆਂ ਨੂੰ ਜਦੋਂ ਚਲਾਉਂਦੀ ਬੱਸ 'ਚ ਪੜ੍ਹਾਇਆ ਜਾਂਦਾ ਧਿਆਨ ਰੱਖਿਆ ਜਾਂਦਾ ਜਿਹਦੇ 'ਚ ਬੱਚਿਆਂ ਨੂੰ ਇੱਕ ਪਲੇਵੇ ਟੈਕਨੀਕ ਚਲਾਈ ਜਾਂਦੀ ਹੈ
डेली वांगू रूट मैप डिफरेंट है, डिफरेंट जगहों पर लेके चाहिए, उन्होंने नवी तो नवी चीज़ा दिखाई जाती ने वे बैक च ਕਿੰਨਾ ਸਫਰ ਤੈਅ ਕਰ ਦਿੰਦੀ ਆ ਜੇ ਆਪਾਂ ਕਹਿ ਸਕਦੇ ਆ ਵੀ ਇਹ ਕਿੰਨਾ ਆਪਾਂ ਕਿਲੋਮੀਟਰਸ ਤੇ ਨਹੀਂ ਰੱਖਿਆ ਆਪਾਂ ਇੱਕ ਆਵਰਸ ਰੱਖੇ ਨੇ 2-2.5 hours ਸੋ ਦੈਟ ਇਹ ਕਿੰਨਾ ਸਟ੍ਰੈਚ ਵੀ ਨਾ ਹੋਏ ਕਿ ਬੱਚੇ ਬੋਰ ਹੋ ਜਾਣ ਬਟ ਇੰਨਾ ਛੋਟਾ ਵੀ ਨਾ ਹੋਏ ਕਿ ਉਹਨਾਂ ਨੂੰ ਲੱਗੇ ਨਾ ਕੁਝ ਕਿ ਉਹਨਾਂ ਨੂੰ ਕਿਸੇ ਤਰੀਕੇ ਦੀ ਕੋਈ ਚੀਜ਼ ਪੜਾਈ ਗਈ ਹੈ ਜਿਹੜੀ ਇਹ ਸਕੀਮ ਚਲਾਈ ਗਈ ਹੈ ਉਹਦੇ ਵਿੱਚ ਆਂਗਨਵਾੜੀ ਦਾ ਕੀ ਯੋਗਦਾਨ ਹੈ ਤੁਹਾਡੀ ਕੀ ਭੂਮਿਕਾ ਰਹਿੰਦੀ ਹੈ ਕਿਸ ਤਰ੍ਹਾਂ ਤੁਸੀਂ ਇਸ ਮੁਹਿੰਮ ਦੇ ਵਿੱਚ ਜਿਹੜਾ ਆਪਣਾ ਹਿੱਸਾ ਪਾ ਰਹੇ ਹੋ ਇਹ ਜਿਹੜੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਕੀਮ ਚਲਾਈ ਗਈ ਹੈ ਇਹ ਬਹੁਤ ਵਧੀਆ ਔਰ ਸ਼ਲਾਘਾਯੋਗ ਕਦਮ ਹੈ ਕਿਉਂਕਿ ਤਕਰੀਬਨ ਆਪ ਸਾਡੇ ਵੀ ਸੈਂਟਰ ਜਿਹੜੇ ਨੇ ਸਲਾਮੀ ਏਰੀਆ ਵਿੱਚ ਪੈਂਦੇ ਨੇ ਉੱਥੇ ਜਿਹੜੇ ਬੱਚਿਆਂ ਨੂੰ ਵਿਰਵੇ ਬੱਚੇ ਹੁੰਦੇ ਨੇ ਇੱਥੇ ਜਿਹੜੇ ਬੱਚੇ ਉਸ ਤਰ੍ਹਾਂ ਦੇ ਲਏ ਗਏ ਨੇ ਜਿਹੜੇ ਬੱਚੇ ਸਕੂਲਾਂ ਦੇ ਵਿੱਚ ਇਨਰੋਲ ਤਾਂ ਹੋ ਜਾਂਦੇ ਨੇ ਪਰੰਤੂ ਉਹ ਕੁਝ ਕਾਰਨਾਂ ਕਰਕੇ ਜਾਂ ਉਹਨਾਂ ਦਾ ਇੰਟਰਸਟ ਨਹੀਂ ਹੁੰਦਾ ਬਹੁਤ ਘੱਟ ਸਕੂਲ ਜਾਂਦੇ ਨੇ ਜਾਂ ਹਫ਼ਤੇ ਦੇ ਵਿੱਚ ਤਕਰੀਬਨ 2 ਦਿਨ ਸਕੂਲ ਚਲੇ ਗਏ 4 ਦਿਨ ਨਹੀਂ ਗਏ ਇਸ ਤਰ੍ਹਾਂ ਦੇ ਬੱਚੇ ਹੁੰਦੇ ਨੇ ਇਹ ਜਿਹੜੇ ਨੇ ਸਾਡਾ ਆਂਗਨਵਾੜੀ ਦਾ ਰੋਲ ਇੱਥੇ ਜਿਹੜਾ ਹੈਗਾ ਅਸੀਂ ਬੱਚੇ ਨੂੰ ਪਲੇ ਦੇ ਤਰੀਕੇ ਦੇ ਨਾਲ ਬੱਚੇ ਨੂੰ ਪੜ੍ਹਾ ਰਹੇ ਹਾਂ ਪੋਇਮ ਦੇ ਜ਼ਰੀਏ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਹੈ ਅਤੇ ਮਤਲਬ ਚਲਦੀ ਬੱਸ ਦੇ ਵਿੱਚ ਪੜ੍ਹਾ ਰਹੇ ਹਾਂ ਇੱਥੇ ਬੱਚਿਆਂ ਦਾ ਖਾਣ ਪੀਣ ਦਾ ਧਿਆਨ ਜਿਹੜਾ ਹੈ ਆਂਗਨਵਾੜੀ ਵਰਕਰਸ ਹੈਲਪਰ ਰੱਖ ਰਹੇ ਹਾਂ ਅਸੀਂ ਸਾਰਾ ਮਤਲਬ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਸਕੂਲ ਵੱਲ ਨੂੰ ਜਿਹੜਾ ਹੈਗਾ ਜਾਣ ਵਿੱਚ ਜਿਹੜਾ ਮੋਟੀਵੇਟ ਕਰ ਰਹੇ ਹਾਂ ਵੀ ਬੱਚੇ ਸਕੂਲ ਜਾਣਾ ਚਾਹੀਦਾ ਸਕੂਲ ਜੇ ਜਾਓਗੇ ਤਾਂ ਵਧੀਆ ਆਫੀਸਰ ਬਣੋਗੇ ਪੜ੍ਹ ਲਿਖ ਕੇ ਸਕੂਲ ਹਰ ਇੱਕ ਵਾਸਤੇ ਬਹੁਤ ਜ਼ਰੂਰੀ ਕਿ ਜਿਹੜੇ ਬੱਚੇ ਨੇ ਉਹ ਪਹਿਲਾਂ ਹੀ ਤੁਹਾਡੇ ਜਾਂ ਉਹਨਾਂ ਦੇ ਮਾਤਾ ਪਿਤਾ ਤੁਹਾਡੇ ਟੱਚ ਦੇ ਵਿੱਚ ਨੇ ਤਾਂ ਈਜ਼ੀ ਹੋ ਜਾਂਦਾ ਇਹ ਬੱਚਿਆਂ ਨੂੰ ਲੈ ਕੇ ਆਉਣ ਹਾਂਜੀ ਮਾਂ ਬਾਪ ਸਾਰੇ ਸਾਡੇ ਟੱਚ ਵਿੱਚ ਨੇ ਸਾਰੇ ਤਕਰੀਬਨ ਜਾਣਦੇ ਹੈ ਉਹਨਾਂ ਨੂੰ ਦੱਸ ਰਹੇ ਹਾਂ ਵੀ ਸਕੂਲ ਜਿਹੜਾ ਬਹੁਤ ਜ਼ਰੂਰੀ ਹੈ ਜਿਹੜਾ ਇਹ ਪ੍ਰਸ਼ਾਸਨ ਵੱਲੋਂ ਇਹ ਕਦਮ ਚੁੱਕਿਆ ਗਿਆ ਇਹ ਬਹੁਤ ਹੀ ਵਧੀਆ ਹੈ ਔਰ ਸ਼ਲਾਘਾਯੋਗ ਹੈ ਕਿਉਂਕਿ ਬੱਚੇ ਜਿਹੜੇ ਨੇ ਸਕੂਲਾਂ 'ਚ ਜਾ ਕੇ ਬੋਰ ਹੋ ਜਾਂਦੇ ਨੇ ਇਸ ਤਰ੍ਹਾਂ ਜਦੋਂ ਨਵੀਂ ਨਵੀਂ ਜਗ੍ਹਾ 'ਤੇ ਉਹਨਾਂ ਨੂੰ ਲੈ ਕੇ ਜਾਂਦੇ ਹਾਂ ਤਾਂ ਉਹ ਬੱਚੇ ਨੇ ਇੰਟਰਸਟ ਦਿਖਾਉਂਦੇ ਪੜ੍ਹਾਈ ਵੀ ਇਹਦੇ ਵਿੱਚ ਉਹ ਜਿਹੜਾ ਵਧੀਆ ਕੁਝ ਸਿੱਖਦੇ ਵੀ ਨੇ ਸਾਰਾ ਕੁਝ ਉਹਨਾਂ ਨੂੰ ਖੇਲ ਕੁਦ ਦੁਆਰਾ ਜਿਹੜਾ ਹੈਗਾ ਉਹਨਾਂ ਨੂੰ ਪੜ੍ਹਾਇਆ ਵੀ ਜਾਂਦਾ ਇਹ ਪ੍ਰੋਜੈਕਟ ਹਮਨੇ ਸਕੂਲ ਔਨ ਵੀਲਸ एक ज्ञान किरणा दी छो करके हमने ये प्रोजेक्ट शुरू किया था। यहाँ पर जो हमारी ज़िला प्रशासन की टीम है जिसमें मैं हो गया ADCD हमारे वर्जीत वालिया हैं IAS 2018 बैच के हमारे AC ग्रीवांसेस हैं AC जनरल हैं देवदर्श जी हम इस बात पे काफ़ी टाइम से सोच रहे थे कि जैसे काफ़ी बच्चे ऐसे होते हैं जो कि स्कूल से ड्रॉप आउट हो जाते हैं या फिर वो उस ड्रॉप आउट होने के बाद भी अपने कुछ घरेलू कारण करके या उनका मन नहीं होता उन्हें एजुकेशन में इंटरेस्ट नहीं आता इस कारण या कोई और भी कुछ कारण करके वो स्कूल में नहीं जा पाते तो हमने ये सोचा कि क्यों ना हम स्कूल ही उनके द्वारों पे क्यों ना लेकर जाएं तो इसी बात से हमने इस प्रोजेक्ट का जो है इस प्रोजेक्ट को कॉन्सेप्चुलाइज करा और स्कूल ऑन व्हील्स इस प्रोजेक्ट को हमने लॉन्च किया जिसमें कि हमने अभी शुरुआत में 2 slums के गरीब बच्चों को इसमें लिया है और बच्चों का उत्साह बहुत है बच्चे बहुत खुश हैं और मुझे बहुत खुशी होती है इन बच्चों को जब एजुकेशन देती है। सर स्कूल कैसे काम करते हैं कितने टीचर इसमें रहते हैं तो क्या स्टाफ है स्कूल बेसिकली इसमें एक टीचर दो आंगनवाड़ी वर्कर और एक हेल्पर हमने ये इसमें डिप्यूट करें। इस स्कूल बस के अंदर ड्राइवर भी है CCTV भी है जिसे सेफ्टी और सिक्योरिटी के सारे पैरामीटर्स हम फुलफिल करें। बस के अंदर अगर आप देखेंगे तो बस के अंदर हमने जैसे जो हमारी बेसिक वर्णमाला होती है नंबरिंग सिस्टम होता है कुछ अच्छी ड्राइंग्स जो बच्चों को कलरफुल सा देखने में अच्छा लगे एक बोरिंग ना लगे किसी को भी एटमॉस्फेयर पढ़ाई का उनको इनवाइटिंग सा एटमॉस्फेयर लगे और एक्साइटिंग एटमॉस्फेयर लगे इसके लिए हमने बस के इंटीरियर में भी ये जो है ड्राइंग्स वगैरह और कुछ ये उपराले जो हैं ये हमने करे हैं उसके अंदर। और मॉर्निंग में जो बस है लगभग बस जो है 3 से 4 घंटे का ऑपरेटिंग टाइम है इसमें बस जो है बच्चों को स्लम से पिक करती है और ड्रॉप भी करती है। इसके अंदर हमने बस एजुकेशन मटेरियल भी रखा हुआ है हर सीट पे जो अलग अलग बच्चे अलग अलग एज कैटेगरी के हैं उस एज अप्रोप्रिएट और उनके लर्निंग लेवल अप्रोप्रिएट हमने उसमें मटेरियल रखा है जिससे इन बच्चों को सिखाया जाए। अल्टीमेटली आइडिया ये है कि इन बच्चों को एजुकेशन में इतना इंटरेस्ट बन जाए इतना रुचि हो जाए इन लोगों की एजुकेशन में बच्चों की कि उनको हम स्कूल में एनरोल करा दें जिससे कि उनकी एजुकेशन जो है जो पंजाब सरकार और हमारे जो CM साहब हैं उन्होंने जो सोचा है कि हर बच्चे को एक क्वालिटी एजुकेशन मिलनी चाहिए वो सपना जो है उनका पूरा हो सके और मेन स्ट्रीम एजुकेशन में आके सोसाइटी के लिए अच्छे रिसोर्स बने। जैसे कि आपने बताया कि 3 घंटे ये
3 से 4 घंटे बस में बच्चे स्टडी करते हैं, तो फिर बस रुकती है एक जगह या फिर चलती रहती है? इसमें ऐसा है कि अगर बस लगातार चलती जाए तो बच्चे फिर थोड़ा सा बोर होने लग जाते हैं, तो जैसे कि जब हम लंच ब्रेक करते हैं इनका, तो वहाँ पर जो है किसी पार्क में हम रुकवा देते हैं, वहाँ पर इनकी आउटडोर एक्टिविटी भी हो जाती है। जैसे स्कूलों में भी आउटडोर पीटी सेशन जिस तरीके का मैंडेटरी होता है, स्पोर्ट्स क्लास भी होती है, तो वहाँ पर जो है बच्चे कुछ स्लाइड्स देख लेते हैं, हम कुछ पार्क्स में लेके जाते हैं। इसके अलावा हम कुछ ऐसी चीज़ें भी दिखा रहे हैं बच्चों को जो कि उनके लिए एकदम नहीं है। जैसे कि कल हमने शेड्यूल में फ़िश पॉन्ड रखा हुआ है, तो संगरूर में जो एक फ़िश पॉन्ड है वहाँ पर उनको लेके जा रहे हैं कि देखो फ़िश फार्मिंग भी कैसे होती है। तो इस तरीके का एक्सपोजर देंगे बच्चों को। अल्टीमेटली यू कैन नॉट बी वॉट यू कैन नॉट सी, जो आप देखते ही नहीं हो आप कोई बनने का भी नहीं सोचते, तो वो एक्सपोजर हम इनको देना चाहते हैं। सर ये पहला प्रोजेक्ट है पंजाब का मेरे हिसाब से, तो मेरी समझ से तो पहला प्रोजेक्ट है पंजाब का। हमने कोशिश करी है कि एक बार इस पर फीडबैक भी हम लेंगे बच्चों से भी, उनके लर्निंग आउटकम्स देखेंगे कैसे आ रहे हैं। अभी हमने ये भी सोचा है कि हम इसमें प्रोजेक्टर भी इंस्टॉल करेंगे, जैसे ऑडियो विजुअल टूल्स जो हैं गवर्नमेंट ऑफ पंजाब के और जो कि अप्रूव्ड है पंजाब एजुकेशन बोर्ड से, वो भी हम इसमें दिखाएंगे। और अल्टीमेटली हम अगर अच्छा फीडबैक रहा, बच्चों का फीडबैक अच्छा रहा, बच्चों की लर्निंग लेवल अच्छी रही, तो अल्टीमेटली ये है कि ज़िले के अंदर कम से कम 5 से 6 बसेस चलेंगे।